ਰੁੱਖ ਦੇ ਥੱਲੇ ਸੁੱਤੇ ਨੇ। ਇਸ ਘਟਨਾ ਨੂੰ ਤੁਸੀਂ ਸਾਰਿਆਂ ਨੇ ਜਨਮ ਸਾਖੀਆਂ ਦੇ ਵਿੱਚ ਪੜ੍ਹਿਆ ਹੈ ਕਿ ਦੁਪਹਿਰ ਢਲ ਗਈ ਅਤੇ ਸੂਰਜ ਦੇ ਦੁਆਲੇ ਧਰਤੀ ਦੀ ਦਿਸ਼ਾ ਬਦਲਣ ਦੇ ਨਾਲ ਸਾਰੇ ਪਾਸੇ ਧੁੱਪ ਹੋ ਗਈ ਹੈ, ਪਰ ਜਿਸ ਰੁੱਖ ਦੇ ਥੱਲੇ ਗੁਰੂ ਨਾਨਕ ਸਾਹਿਬ ਨੇ ਉੱਥੇ ਛਾਂ ਹੈ। ਹੁਣ ਅਸੀਂ ਇਸ ਨੂੰ ਕਰਾਮਾਤ ਦੇ ਰੂਪ 'ਚ ਵੇਖਾਂਗੇ ਤਾਂ ਕੁਦਰਤੀ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋਵੇਗਾ, ਪਰ ਅਸੀਂ ਵੇਖਣਾ ਹੈ ਕਿ ਇਸ ਘਟਨਾ ਨੂੰ ਰਾਏ ਬੁਲਾਰ ਨੇ ਵੇਖਿਆ ਹੈ। ਰਾਏ ਬੁਲਾਰ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਹਾਂ। 1295 ਤੋਂ ਲੈ ਕੇ 1312 ਤੱਕ ਜਿਸ ਵੇਲੇ ਅਲਾਉਦੀਨ ਖਿਲਜੀ ਨੇ ਹਿੰਦੁਸਤਾਨ ਦੇ ਉੱਪਰ ਹਮਲੇ ਕੀਤੇ ਨੇ ਅਤੇ ਰਾਜਪੂਤਾਨੇ ਦੇ ਕੁਝ ਲੋਕ ਐਸੇ ਸੀ ਜਿਨ੍ਹਾਂ ਨੇ ਅਲਾਉਦੀਨ ਖਿਲਜੀ ਦੀ ਜਿਹੜੀ ਈਨ ਸੀ ਉਹ ਮੰਨ ਲਈ, ਭਾਵ ਕਿ ਉਹਦੀ ਅਧੀਨਗੀ ਨੂੰ ਸਵੀਕਾਰ ਕਰ ਲਿਆ। 130 ਸਾਲ ਦਾ ਯੋਧਾ ਅਲਾਉਦੀਨ ਖਿਲਜੀ ਦੇ ਖਿਲਾਫ ਬਹੁਤ ਲੜਿਆ, ਉਸਦਾ ਨਾਮ ਸੀ ਰਾਣਾ ਰਾਏ, ਬਹੁਤ ਬਹਾਦਰੀ ਦੇ ਨਾਲ ਲੜਿਆ ਅਤੇ ਜਦੋਂ ਬੜੀ ਬਹਾਦਰੀ ਦੇ ਨਾਲ ਲੜਦੇ ਲੜਦੇ ਉਸਦੇ ਸਾਰੇ ਸਿਪਾਹੀ ਮਾਰੇ ਗਏ ਅਤੇ ਉਸਨੂੰ ਗ੍ਰਿਫਤਾਰ ਕਰਕੇ ਅਲਾਉਦੀਨ ਖਿਲਜੀ ਦੇ ਸਾਹਮਣੇ ਪੇਸ਼ ਕੀਤਾ ਨਾ, ਅਤੇ ਅਲਾਉਦੀਨ ਖਿਲਜੀ ਬੇਸ਼ੱਕ ਬੇਕਿਰਕ ਅਸੀਂ ਬਾਦਸ਼ਾਹ ਕਹਿੰਦੇ ਹਾਂ ਪਰ ਉਹਦੇ ਕੁਛ ਗੁਣ ਵੀ ਸੀ। ਉਸਨੇ ਕਿਹਾ ਬੇਸ਼ੱਕ ਤੈਨੂੰ ਫੜ ਲਿਆ ਗਿਆ, ਤੈਨੂੰ ਗ੍ਰਿਫਤਾਰ ਕਰ ਲਿਆ ਗਿਆ, ਗੁਲਾਮ ਬਣਾ ਕੇ ਮੇਰੇ ਸਾਹਮਣੇ ਪੇਸ਼ ਕਰ ਦਿੱਤਾ ਗਿਆ, ਪਰ ਮੈਂ ਤੈਨੂੰ ਮਾਰਨਾ ਇਸ ਕਰਕੇ ਨਹੀਂ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਤੂੰ ਬੜੀ ਬਹਾਦਰੀ ਦੇ ਨਾਲ ਲੜਿਆ, ਬਸ ਮੈਂ ਤੈਨੂੰ ਇਹ ਗੱਲ ਕਹਿੰਦਾ, ਇਹ ਪੱਟੀ ਰਾਜਪੂਤ ਸੀਗੇ ਜਾਦੋ ਰਾਏ ਦੀ ਵੰਸ਼ ਦੇ ਵਿੱਚੋਂ, ਬਸ ਮੈਂ ਤੈਨੂੰ ਇਹ ਗੱਲ ਕਹਿੰਦਾ ਕਿ ਤੂੰ ਦੀਨੇ ਇਸਲਾਮ ਦੇ ਵਿੱਚ ਆ ਜਾ, ਮੈਂ ਤੈਨੂੰ ਇੱਕ ਬੜੀ ਵੱਡੀ ਜ਼ਗੀਰ ਦੇ ਦਿਆਂਗਾ। ਇਹ ਜਿਹੜਾ ਰਾਣਾ ਰਾਓ ਸੀ ਇਹ ਭੱਟੀਆਂ ਦੇ ਪਰਿਵਾਰ ਦੇ ਵਿੱਚੋਂ ਉਹ ਰਾਜਪੂਤ ਸੀ ਜਿਹੜਾ ਉਸ ਵੇਲੇ ਦੀਨੇ ਇਸਲਾਮ ਕਬੂਲ ਕਰਕੇ ਮੁਸਲਮਾਨ ਬਣਿਆ ਅਤੇ ਅਲਾਉਦੀਨ ਖਿਲਜੀ ਨੇ ਇਸ ਨੂੰ ਪੰਜਾਬ ਦੇ ਇਲਾਕੇ ਦੇ ਵਿੱਚ 1.5 ਲੱਖ ਏਕੜ ਦੀ ਜ਼ਗੀਰ ਦੇ ਦਿੱਤੀ। ਉਸੇ ਜ਼ਗੀਰ ਦੇ ਵਿੱਚ ਜਿਹੜੇ ਪਿੰਡ ਆਉਂਦੇ ਨੇ ਉਹਨਾਂ ਦੇ ਨਾਲ ਭੱਟੀ ਸ਼ਬਦ ਆਉਂਦਾ, ਜਿਹੜੀ ਅਲਾਉਦੀਨ ਖਿਲਜੀ ਨੇ ਜ਼ਮੀਨ ਦਿੱਤੀ। ਪਹਿਲੀ ਜਿਹੜੀ ਸਭ ਤੋਂ ਵੱਡੀ ਜ਼ਗੀਰ ਸੀ ਉਹ ਸੀ ਭੱਟੀ ਵਿੰਡਾ, ਜਿਸ ਨੂੰ ਅੱਜ ਤੁਸੀਂ ਬਠਿੰਡਾ ਕਹਿੰਦੇ ਹੋ, ਇਹ ਵੀ ਭੱਟੀਆਂ ਨੂੰ ਦਿੱਤੀ ਗਈ ਜ਼ਗੀਰ ਹੈ। ਦੂਸਰੀ ਸੀ ਮਾਝੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਪਿੰਡ, ਉਹਨਾਂ ਦੇ ਦਾਦਾ ਦਾ ਪਿੰਡ, ਜਿਸ ਪਿੰਡ ਦਾ ਨਾਮ ਸੀ ਭੱਟੀ ਵੰਡ, ਅੱਜ ਅਸੀਂ ਉਸਨੂੰ ਪੱਠੇ ਵਿੰਡ ਆਖਦੇ, ਨਾਮ ਬਦਲ ਚੁੱਕਾ ਹੈ। ਤੀਸਰੀ ਜ਼ਗੀਰ ਦਿੱਤੀ ਗਈ ਉਹ ਪਿੰਡ ਸੀ ਭੱਟੀ ਵਾਲਾ, ਜਿਹੜਾ ਅੱਜ ਬਦਲ ਕੇ ਹੌਲੀ ਹੌਲੀ ਬਟਾਲਾ ਬਣ ਗਿਆ। ਅਤੇ ਜ਼ਗੀਰ ਦੀ ਜਿਹੜੀ ਚੌਥੀ ਜਗ੍ਹਾ ਸੀ ਉਹ ਸੀ ਜਾਮਾ ਰਾਏ, ਜਾਮਾ ਦਾ ਭਾਵ ਹੁੰਦਾ ਇਕੱਠ, ਰਾਏ ਕਿ ਰਾਏ ਲੋਕਾਂ ਦਾ ਇਕੱਠ, ਉਸ ਜਗ੍ਹਾ ਦੇ ਉੱਪਰ ਜਿਹੜੀ ਜ਼ਮੀਨ ਦਿੱਤੀ ਗਈ ਉਸਨੂੰ ਜਾਮਾ ਰਾਏ ਕਿਹਾ ਜਾਂਦਾ, ਜਿਹੜਾ ਗੁਰੂ ਨਾਨਕ ਸਾਹਿਬ ਦੇ ਦਾਦਾ ਜੀ ਦੇ ਪਿੰਡ ਪਿੱਠੇਵੱਡ ਦੇ ਬਿਲਕੁਲ ਕੋਲ ਹੈ, ਜਿਹੜਾ ਭੱਟੀ ਵੰਡ ਜਿਸ ਦਾ ਅਸਲੀ ਨਾਮ ਸੀ। ਸੋ ਇਹਨਾਂ ਚਾਰ ਥਾਵਾਂ ਦੇ ਉੱਪਰ ਇਹਨਾਂ ਨੂੰ ਬਹੁਤ ਵੱਡੀ ਜ਼ਗੀਰ ਦਿੱਤੀ ਗਈ ਅਤੇ ਇੱਥੇ ਹੀ ਇਸੇ ਪਰਿਵਾਰ ਦੇ ਵਿੱਚੋਂ ਜਿਹੜਾ ਰਾਣਾ ਰਾਏ ਸੀ ਉਹਦੇ ਪਰਿਵਾਰ ਦੇ ਵਿੱਚੋਂ ਉਸਦਾ ਪੋਤਰਾ ਹੈ ਰਾਏ ਭੋਏ। ਰਾਏ ਭੋਏ ਜਿਹੜਾ ਇਸ ਨੇ ਆਪਣੀ ਜ਼ਮੀਨ ਆਪਣੇ ਭਰਾਵਾਂ ਤੋਂ ਵੱਖ ਕੀਤੀ ਅਤੇ ਜਿੱਥੇ ਅੱਜ ਨਨਕਾਣਾ ਸਾਹਿਬ ਹੈ, ਜਿਸ ਨੂੰ ਪਹਿਲਾਂ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਇਸ ਦਾ ਪਹਿਲਾ ਨਾਮ ਰਾਏਪੁਰ ਹੈ, ਇਸ ਨੇ ਆਪਣੀ ਤਕਰੀਬਨ 60,000 ਏਕੜ ਜ਼ਮੀਨ ਉੱਥੇ ਲੈ ਲਈ ਅਤੇ ਆਪਣੇ ਨਾਮ ਦੇ ਉੱਪਰ ਰਾਏਪੁਰ ਦਾ ਜਿਹੜਾ ਨਾਮ ਸੀ ਬਦਲ ਕੇ ਰਾਏ ਭੋਏ ਦੀ ਤਲਵੰਡੀ ਕਰ ਲਿਆ। ਹੁਣ ਇਸ ਰਾਏ ਬੁਲਾਰ ਦਾ ਪਿਤਾ ਹੈ ਰਾਏ ਭੋਏ ਅਤੇ ਰਾਏ ਬੁਲਾਰ ਹੁਣ ਵੇਖ ਰਿਹਾ ਹੈ। ਹੁਣ ਰਾਏ ਬੁਲਾਰ ਜਿਹੜਾ ਉਸਨੂੰ ਕੀ ਨਜ਼ਰ ਆਇਆ ਇਹ ਸਾਰੇ ਕੌਤਕ ਦੇ ਵਿੱਚੋਂ? ਉਸਨੂੰ ਇਹ ਨਜ਼ਰ ਆਇਆ
ਕਿ ਜਿੰਨੀ ਵੀ ਦੁਨੀਆ ਦੀ ਕਾਇਨਾਤ ਦੇ ਵਿੱਚ ਜੀਵਨ ਹੈ ਉਹ ਸਾਰਾ ਕਾਲ ਦੇ ਦਾਇਰੇ ਦੇ ਵਿੱਚ ਹੈ। ਕਾਲ ਹੈ ਸਮਾਂ, ਅਤੇ ਇਹ ਨਿਰੰਕਾਰੀ ਜੋਤ ਐਸੀ ਹੈ ਜਿਸ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ। ਉਹ ਗੁਰੂ ਨਾਨਕ ਸਾਹਿਬ ਦਾ ਸਰੀਰ ਨਹੀਂ ਵੇਖ ਰਿਹਾ, ਉਹ ਜੋਤ ਵੇਖ ਰਿਹਾ। ਔਰ ਐਸਾ ਉਸ ਕੌਤਕ ਨੂੰ ਵੇਖ ਕੇ ਪ੍ਰਸੰਨ ਹੋਇਆ ਕਿ ਸੁੱਤੇ ਪਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਸਿਰ ਰੱਖ ਕੇ ਰਾਏ ਬੁਲਾਰ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ। ਅਤੇ ਇਸ ਦੇ ਨਾਲ ਇਹ ਵੀ ਐਲਾਨ ਕਰ ਦਿੱਤਾ ਕਿ ਮੈਂ ਆਪਣੀ ਜ਼ਮੀਨ ਦੇ ਵਿੱਚੋਂ 757 ਮਰੱਬੇ ਭਾਵ ਕਿ 18,500 ਏਕੜ ਇਸ ਰੱਬੀ ਨੂਰ ਦੇ ਨਾਮ ਦਾਨ ਕਰਦਾ ਹਾਂ, ਮੈਂ ਭੇਟਾ ਕਰਦਾ ਹਾਂ। ਗੁਰੂ ਨਾਨਕ ਸਾਹਿਬ ਨੂੰ 18,500 ਏਕੜ ਜ਼ਮੀਨ ਜਿਹੜੀ ਸੀ ਉਹ ਰਾਏ ਬੁਲਾਰ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਭੇਟਾ ਕਰ ਦਿੱਤੀ, ਜਿਹੜੀ ਅੱਜ ਵੀ ਨਨਕਾਣਾ ਸਾਹਿਬ ਵਿਖੇ ਉਹਨਾਂ ਦੇ ਨਾਮ ਬੋਲਦੀ ਹੈ। ਉਹਨਾਂ ਦੀ ਹੁਣ 13ਵੀਂ 14ਵੀਂ ਪੀੜ੍ਹੀ ਸੀ। ਉਹਨਾਂ ਨੇ ਅਦਾਲਤ ਦੇ ਵਿੱਚ ਕੇਸ ਵੀ ਕਰਕੇ ਵੇਖ ਲਿਆ, ਹਰ ਕੇਸ ਦੇ ਵਿੱਚ ਹਾਰੇ ਨੇ। ਅਖੀਰ ਸੁਪਰੀਮ ਕੋਰਟ ਦੇ ਜੱਜ ਨੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਹੋਰ ਵੀ 200 ਸਾਲ ਕੇਸ ਲੜਦੇ ਰਹੋ ਨਾ, ਇਸ ਜ਼ਮੀਨ 'ਤੇ ਕਾਬਜ਼ ਹੋ, ਮਜ਼ਾਰੇ ਕਰਕੇ ਤੁਸੀਂ ਠੇਕੇ ਦੇ ਉੱਪਰ ਤਾਂ ਵਾਹ ਸਕਦੇ ਹੋ, ਪਰ ਇਹ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਹੈ, ਇਸ ਨੂੰ ਕੋਈ ਨਹੀਂ ਲੈ ਸਕਦਾ। ਇਹ ਹੁਣ ਦੀਆਂ ਗੱਲਾਂ ਨੇ। ਸੋ ਇੰਨੀ ਵੱਡੀ ਜਿਹੜੀ ਆਪਣੀ ਜ਼ਮੀਨ ਦੀ ਇੱਕ ਹਿੱਸਾ ਸੀ ਉਹ ਗੁਰੂ ਨਾਨਕ ਸਾਹਿਬ ਨੂੰ ਭੇਟਾ ਕਰ ਦਿੱਤਾ। ਅਤੇ ਇੱਕ ਗੱਲ ਹੋਰ ਜਿਹੜੀ ਅਸੀਂ ਕਦੀ ਨਹੀਂ ਵਰਤਦੇ, ਗੁਰੂ ਨਾਨਕ ਸਾਹਿਬ ਨੇ ਉਸ ਭੇਟਾ ਕੀਤੀ ਜ਼ਮੀਨ ਜਿਹੜੀ ਹੈ ਉਸ ਦੇ ਉੱਪਰ ਕਬਜ਼ਾ ਨਹੀਂ ਕੀਤਾ, ਉਸ ਦੇ ਉੱਪਰ ਖੇਤੀ ਨਹੀਂ ਕੀਤੀ। ਉਹ ਜਿਹੜੇ ਲੋੜਵੰਦਾਂ ਦੇ ਕੋਲ ਵਗਦੀ ਸੀ ਉਹਨਾਂ ਲੋੜਵੰਦਾਂ ਦੇ ਕੋਲ ਹੀ ਰਹਿਣ ਦਿੱਤੀ। ਜਦੋਂ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਉਹਨਾਂ ਕਰਤਾਰਪੁਰ ਆਪਣੀ ਜ਼ਮੀਨ ਖਰੀਦ ਕੇ ਕੀਤੀ ਹੈ, ਇਸ ਦਾ ਮਤਲਬ ਇਹ ਸੀ ਕਿ ਜੋ ਕੁਛ ਭੇਟਾ ਕੀਤਾ ਗਿਆ ਉਹ ਮੇਰਾ ਨਹੀਂ, ਉਹ ਸੰਗਤ ਦਾ ਹੈ। ਇਹ ਕਿੰਨੀ ਵੱਡੀ ਅਹਿਮ ਗੱਲ ਹੈ। ਇੱਕ ਵੀ ਪ੍ਰਮਾਣ ਤੁਹਾਨੂੰ ਨਹੀਂ ਮਿਲੇਗਾ ਕਿ ਰਾਏ ਬੁਲਾਰ ਦੀ ਭੇਟਾ ਕੀਤੀ 18,500 ਜ਼ਮੀਨ ਦੇ ਉੱਪਰ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਹੋਵੇ। ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਹੈ ਕਰਤਾਰਪੁਰ ਸਾਹਿਬ ਆਪਣੀ ਜ਼ਮੀਨ ਖਰੀਦਣ ਤੋਂ ਬਾਅਦ।